ਵੈਲਕਮ ਟੂ ਮਾਈ ਵਲੋਗ। ਸੋ ਟਾਈਮ ਰਾਤ ਦੇ 9:30 ਹੋ ਗਏ ਆ। ਸੋ ਕੰਮ 'ਤੇ ਅੱਜ ਕਾਫੀ ਬਿਜ਼ੀ ਸੀ ਸ਼ਡਿਊਲ, ਸੋ ਜਿਹਦੇ ਕਰਕੇ ਜਿਹੜਾ ਡੇਲੀ ਵਰਕ ਜਿਹੜਾ ਸ਼ੇਅਰ ਨਹੀਂ ਹੋਇਆ। ਸੋ ਹੁਣ ਆਇਆ ਵਾਂ ਅਤੇ ਫਰੈਸ਼ ਹੋ ਕੇ ਅਤੇ ਨਹਾ ਧੋ ਲਿਆ ਵਾ, ਬਸ ਹੁਣ ਆਪਾਂ ਡਿਨਰ ਕਰਨਾ ਹੈਗਾ ਵਾ। ਅਤੇ ਬਾਕੀ ਅੱਜ ਦਾ ਵਲੋਗ ਜ਼ਿਆਦਾ ਲੰਬਾ ਤਾਂ ਨਹੀਂ, ਛੋਟਾ ਹੀ ਹੋਏਗਾ। ਅਤੇ ਬਹੁਤ ਵਧੀਆ ਲੱਗਦਾ ਪਿਆ ਕਿ ਤੁਸੀਂ ਸਪੋਰਟ ਕਰਦੇ ਪਏ ਜੇ। ਸੋ ਅੱਜ ਮੈਂ ਦੇਖਿਆ ਮੇਰੇ ਜਿਹੜੇ ਆ 5 ਸਬਸਕ੍ਰਾਈਬਰ ਜਿਹੜੇ ਨਵੇਂ ਯੂਜ਼ਰ ਜੁੜੇ ਨੇ। ਸੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਵੀ ਕੋਈ ਸਬਸਕ੍ਰਾਈਬ ਜਾਂ ਮੈਨੂੰ ਸਪੋਰਟ ਕਰਦਾ ਵਾ, ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਮੈਂਸ਼ਨ ਕਰਿਆ ਕਰੋ ਕਿ ਤੁਸੀਂ ਕਿੱਥੋਂ ਹੋ, ਠੀਕ ਹੈ ਨਾ, ਤਾਂ ਕਿ ਮੈਂ ਵੀ ਰਿਪਲਾਈ ਕਰ ਸਕਾਂ, ਮੈਨੂੰ ਵੀ ਪਤਾ ਲੱਗੇ ਕਿ ਹਾਂ ਵੀ ਕੌਣ ਆ, ਕਿੱਥੋਂ ਆ। ਬਾਕੀ ਦੂਸਰੀ ਗੱਲ, ਜਿਹੜੇ ਤਾਂ ਮੈਨੂੰ ਪਤਾ ਜਿਨ੍ਹਾਂ ਨੇ ਕੀਤਾ ਕਮੈਂਟ, ਸੋ ਉਹਨਾਂ ਦਾ ਨਾਂ ਜ਼ਰੂਰ ਲਊਗਾ। ਔਰ ਆਪਣੇ ਸ਼ਰਨ ਭਾਅ ਜੀ, ਸੋ ਕਲਸੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਵੱਡੇ ਵੀਰ ਜੀ। ਸੋ ਇੱਦਾਂ ਸਪੋਰਟ ਕਰਦੇ ਰਿਹਾ ਕਰੋ ਭਰਾ ਨੂੰ। ਅਤੇ ਬਾਕੀ ਤੁਹਾਡਾ ਭਰਾ ਚਲ ਗਿਆ ਹੋਇਆ ਬਾਹਰ, ਅਤੇ ਵਧਾਈਆਂ ਤੁਹਾਨੂੰ ਬਹੁਤ ਬਹੁਤ। ਅਤੇ ਰੱਬ ਕਰੇ ਤੁਹਾਡਾ ਵੀ ਨੰਬਰ ਜਲਦੀ ਲੱਗੇ ਬਾਹਰ ਦਾ। ਅਤੇ ਬਾਕੀ ਜੀਜੂ ਹੁਣੇ, ਅਤੇ ਉੱਧਰ ਆਪਣਾ ਡਿੰਪੀ ਭਾਅ ਜੀ, ਅਤੇ ਮੱਖੀਆਂ ਵਾਲੇ ਭਾਅ ਜੀ ਦਾ ਮੈਨੂੰ ਨਾਂ ਨਹੀਂ ਪਤਾ, ਦੀਪੂ ਭਾਅ ਜੀ ਸ਼ਾਇਦ। ਸੋ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਅਗਰ ਵੀਡੀਓ ਵੇਖਦੇ ਹੋਣ ਤਾਂ। ਬਾਕੀ ਵਧੀਆ ਵਾ। ਸੋ ਇੱਦਾਂ ਹੀ ਆਪਣੇ ਵੀਰ ਨੂੰ ਜਿਹੜਾ ਸਪੋਰਟ ਕਰਦੇ ਰਿਹਾ ਕਰੋ, ਠੀਕ ਹੈ ਨਾ। ਤੁਸੀਂ ਸਪੋਰਟ ਕਰੋਗੇ ਤਾਂ ਥੋੜ੍ਹੀ ਐਨਰਜੀ ਆਏਗੀ। ਸੋ ਚਲੋ, ਬਾਕੀ ਆਪਾਂ ਲੱਗੇ ਹਾਂ ਅੱਜ ਡਿਨਰ ਕਰਨ। ਸੋ ਫੈਮਿਲੀ ਦੇ ਨਾਲ ਬੜੇ ਚਿਰਾਂ ਬਾਅਦ ਜਿਹੜਾ ਅੱਜ ਆਪਾਂ ਇਕੱਠੇ ਹੀ ਡਿਨਰ ਕਰਨ ਲੱਗੇ ਹਾਂ, ਨਹੀਂ ਤਾਂ ਕੋਈ ਉੱਥੇ ਬਹਿ ਕੇ ਖਾਂਦਾ ਹੋ ਰੋਟੀ। ਸੋ ਇਹ ਆ ਆਪਣਾ ਰੂਮ। ਸੋ ਇੱਧਰ ਵੀ ਬਹੁਤ ਡਸਟ ਵਗੈਰਾ ਜਿਹੜੀ ਆ ਹੋਈ ਪਈ ਆ। ਸੋ ਇਹਦਾ ਹੁਣ ਛੁੱਟੀ ਵਾਲੇ ਦਿਨ ਜਿਹੜਾ ਵਾ ਕਰਾਂਗੇ ਕੁਛ ਚੇਂਜਿੰਗ। ਸੋ ਰੂਮ ਦੀ ਚੇਂਜਿੰਗ ਹੁਣ ਹੋ ਗਈ ਹੈਗੀ ਆ। ਸੋ ਬਾਕੀ ਫਰੈਟਾ ਆਪਾਂ ਸਹੀ ਕਰਵਾ ਲਿਆ ਸੀ, ਅਤੇ ਜਿਹੜਾ ਵਾ ਹੁਣ ਰਹਿ ਗਿਆ ਵਾ ਫਰੈਟਾ, ਫਰੈਟੇ ਨੂੰ ਵੀ ਸਹੀ ਕਰਵਾਉਣਾ ਹੈਗਾ ਵਾ, ਉਹ ਵੀ ਦੇਖਦੇ ਹਾਂ ਕੱਲ੍ਹ ਨੂੰ। ਅਤੇ ਬਾਕੀ ਹੁਣ ਖਾਂਦੇ ਹਾਂ ਆਪਾਂ ਡਿਨਰ। ਸੋ ਡਿਨਰ 'ਚ ਦੇਖਦੇ ਹਾਂ ਕਿ ਹੈਗਾ ਵਾ। ਸੋ ਆਪਾਂ ਲਈਏ ਵਾਟਰ ਕੂਲਰ, ਬਾਹਰ ਹੀ ਲੈ ਜਾਈਏ ਛੋਟਾ ਵਾਟਰ ਕੂਲਰ, ਇਹ 'ਚ ਠੰਡਾ ਪਾਣੀ ਰੱਖਿਆ ਵਾ। ਬੜੇ ਜਾਨੂ ਵੀ ਲੱਗਾ ਵਾ ਰਸੋਈ 'ਚ ਕੰਮ ਕਰਨਾ। ਆਪਾਂ ਕਰਨ ਲੱਗੇ ਹਾਂ ਆਪਣੇ ਕੋਲ ਡਿਨਰ 'ਚ ਅੱਜ ਹੈਗੇ ਨੇ ਚਾਵਲ ਅਤੇ ਨਾਲ ਦਾਲ, ਅਤੇ ਨਾਲ ਇਹ ਆਪਣੇ ਕੋਲ ਪ੍ਰਸ਼ਾਦਾ ਹੈਗਾ ਵਾ ਗੁਰੂ ਘਰ ਦਾ। ਅਤੇ ਇੱਧਰ ਹਿੰਮਤ, ਇਹ ਵੀ ਲੱਗਾ ਸਬਜ਼ੀ ਨਾਲ ਰੋਟੀ ਖਾਣ, ਇਹ ਆਲੂ ਵਾਲੀ ਸਬਜ਼ੀ ਨਾਲ। ਇੱਧਰ ਆਪਣੀ ਮੰਮੀ ਜੀ ਆ, ਅਤੇ ਅੱਜ ਤਬੀਅਤ ਥੋੜ੍ਹੀ ਠੀਕ ਜੀ ਨਹੀਂ ਹੈਗੀ, ਬੀਪੀ ਥੋੜ੍ਹਾ ਲੋਅ ਹੋਇਆ ਸੀ, ਅਤੇ ਹੁਣ ਰੋਟੀ ਖਾਣ ਡੇ ਆ ਚੌਲ। ਇੱਧਰ ਭਾਬੀ ਹੁਣੇ ਰੋਟੀ ਸਰਵ ਕਰਦੇ ਪਏ ਆ, ਉੱਧਰ ਜਾਨੂ ਆਪਣਾ ਅਤੇ ਖੁਸ਼ੀ ਵਾਟੀ ਕਰਨੇ ਰੋਟੀ ਖਾ ਲਈ ਆ, ਅਤੇ ਡੈਡੀ ਵੀ ਲੱਗੇ ਹੋਏ ਆ। ਡੈਡੀ ਇਹ ਸਪੈਸ਼ਲ ਬਣਾਏ ਆ ਚੌਲ ਡੈਡੀ ਨੇ, ਲੱਗਦਾ ਕਿ ਜਿਹੜੇ ਇਕੱਲੇ ਇਕੱਲੇ ਪਾਉਂਦੇ ਨੇ। ਕਰਦੇ ਹਾਂ ਡਿਨਰ, ਫਿਰ ਗੱਲਾਂ ਕਰਦੇ ਹਾਂ ਬਾਅਦ 'ਚੋਂ। ਆਪਣਾ ਬਾਹਰ ਵਾਲਿਓ, ਜੇ ਤੁਹਾਨੂੰ ਵੀ ਭੁੱਖ ਭੱਖ ਲੱਗੀ ਆ ਤਾਂ ਰੋਟੀ ਖਾ ਸਕਦੇ ਜੇ। ਜੁਗਨੂ ਭਾਅ ਜੀ ਤੁਹਾਨੂੰ ਪੁੱਛਦਾ ਪਿਆ ਵਾਂ, ਠੀਕ ਆ, ਕਮੈਂਟ ਜ਼ਰੂਰ ਕਰੇ ਰੋਟੀ ਖਾਧੀ ਹੈ ਕਿ ਨਹੀਂ ਖਾਧੀ। ਲੰਚ ਸੋਰੀ ਡਿਨਰ ਆਪਾਂ ਕਰ ਲਿਆ ਸੀ, ਅਤੇ ਬਾਕੀ ਉੱਧਰ ਭਾਬੀ ਹੁਣੇ ਰਸੋਈ ਡੇ ਨੇ ਸਾਹਮਣੇ, ਇੱਧਰ ਮੰਮੀ ਅੱਜ ਪਏ ਨੇ ਲੰਮੇ, ਥੋੜ੍ਹੀ ਸਿਹਤ ਜੀ ਨਹੀਂ ਠੀਕ ਹੈਗੀ, ਅਤੇ ਅੱਜ ਬੜੇ ਚਿਰਾਂ ਬਾਅਦ ਜਿਹੜੀ ਆ ਇਕੱਠੀ ਰੋਟੀ ਖਾਧੀ ਹੈਗੀ ਆ। ਸੋ ਪਹਿਲਾਂ ਵੀ ਖਾਂਦੇ ਸੀ, ਅਤੇ ਚਲੋ ਹੁਣ ਹੌਲੀ ਹੌਲੀ ਜਿਹੜਾ ਵਾ ਅਕਲ ਆਉਂਦੀ ਆ।
ਆ ਮੇਰੀ ਮੰਮੀ ਆ ਆਪਣੇ ਮੁੰਡੇ ਨੂੰ ਉਹ ਪੁੱਛਣਾ ਕੁਛ ਜੁਗਨੂੰ ਭਾਈ ਨੂੰ ਵੀਡੀਓ ਜਾਣੀ ਹੈ ਇਹ ਮੈਸੇਜ ਦੇਣਾ ਕੋਈ ਰੋਟੀ ਰੋਟੀ ਵੱਲੋਂ ਕੰਮ ਵੱਲੋਂ ਵੀਡੀਓ ਬਣਾਈ ਆ ਮੈਸੇਜ ਦੇਣਾ ਮੈਂ ਕਿਹਾ ਇਹਨੂੰ ਕੀ ਦੇਣਾ ਮੈਸੇਜ। ਸੋ ਅੱਜ ਮੰਗਲਵਾਰ ਸੀ ਅਤੇ ਅੱਜ ਆਪਣਾ ਜਿਹੜਾ ਵਾ ਫੀਲਡ ਵਰਕ ਵੀ ਸੋ ਵਧੀਆ ਰਿਹਾ ਅਤੇ ਕੱਲ੍ਹ ਹੈਗੀ ਆ 29 ਤਰੀਕ ਅਤੇ ਕੱਲ੍ਹ ਆਪਾਂ ਜਿਹੜਾ ਵਾ ਆਪਣਾ ਇੱਕ ਸਕੈਜੂਅਲ ਬਣਾ ਰਹੇ ਹਾਂ। ਸੋ ਕੱਲ੍ਹ ਸਵੇਰੇ ਉੱਠਣਾ ਹੈਗਾ ਵਾ ਸੋ ਸਵੇਰੇ ਉੱਠ ਕੇ ਕਿਤੇ ਜਾਣਾ ਵਾ ਠੀਕ ਹੈ ਬਹੁਤ ਜ਼ਰੂਰੀ ਕੰਮ ਹੈਗਾ ਵਾ ਸੋ ਸ਼ੇਅਰ ਕਰਾਂਗੇ ਆਪਾਂ ਤੁਹਾਡੇ ਨਾਲ ਠੀਕ ਹੈ ਅਤੇ ਬਸ ਸਪੋਰਟ ਕਰਦੇ ਰਿਹਾ ਕਰੋ। ਹਾਂ ਲਾਸਟ ਟਾਈਮ ਵੀ ਕਿਸੇ ਨੇ ਨਾ ਸਬਸਕ੍ਰਾਈਬ ਕੀਤਾ ਸੀ ਸੋ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵਾ ਕਿ ਜਿਹੜਾ ਵੀ ਕੋਈ ਸਪੋਰਟ ਕਰਦਾ ਵਾ ਪਲੀਜ਼ ਕਮੈਂਟ ਦੇ ਵਿੱਚ ਮੈਨਸ਼ਨ ਕਰ ਦਿਆ ਕਰੋ ਤਾਂ ਕਿ ਮੈਂ ਵੀ ਰਿਪਲਾਈ ਕਰ ਸਕਾਂ। ਸੋ ਜਿਹੜੇ ਮੇਰੇ ਵੀਰ ਭਰਾ ਸਪੋਰਟ ਕਰਦੇ ਨੇ ਸੋ ਬਹੁਤ ਬਹੁਤ ਧੰਨਵਾਦ ਇੱਦਾਂ ਬਸ ਪਿਆਰ ਦਿੰਦੇ ਰਿਹਾ ਕਰੋ ਠੀਕ ਹੈ ਜੀ। ਹੁਣ ਸਮਾਂ ਹੋ ਗਿਆ ਵਾ 10 ਵੱਜਣ ਵਾਲੇ ਆ ਹਾਂਜੀ ਹਾਂ ਤੁਹਾਡੇ ਮੰਮੀ ਦਾ ਮੈਸੇਜ ਸੁਣ ਲਓ ਕੀ ਕਹਿੰਦੇ ਪਏ ਜੇ ਮੈਂ ਕਿਹਾ ਕਿ ਇੱਦਾਂ ਹੀ ਸਹਿਯੋਗ ਮਿਲਦਾ ਰਹੇ। ਅੱਛਾ ਮੰਮੀ ਕਹਿੰਦੇ ਆ ਕਿ ਇੱਦਾਂ ਹੀ ਸਹਿਯੋਗ ਮਿਲਦਾ ਰਹੇ ਅਤੇ ਤੁਹਾਡੇ ਸਹਿਯੋਗ ਦੇ ਨਾਲ ਮੈਂ ਵੀ ਅੱਗੇ ਵਧਾਂ ਅਤੇ ਆਪਣੇ ਆਪ ਨੂੰ ਚੇਂਜ ਲਿਆਵਾਂ। ਫਿਰ ਪਤਾ ਗੱਲ ਕੀ ਆ ਚੇਂਜ ਦਾ ਮਤਲਬ ਕਿ ਘਰ ਦੇ ਮੈਨੂੰ ਕਹਿੰਦੇ ਆ ਕਿ ਖਾਇਆ ਪੀਆ ਕਰ ਆ ਮੇਰੇ ਨਾਲ ਡੋਲੇ ਡਾਲੇ ਘੱਟ ਆ ਥੋੜ੍ਹੇ ਠੀਕ ਆ ਉਹ ਮੈਂ ਬੈਂਕ ਬੁੰਕ ਵੀ ਜਾਂਦਾ ਅਤੇ ਸਰ ਹੁਣੇ ਵੀ ਮੈਨੂੰ ਕਹਿੰਦੇ ਯਾਰ ਇਹਨੂੰ ਖਾਂਦਾ ਕਿਉਂ ਨਹੀਂ ਆ ਅਤੇ ਜਿਹੜੇ ਸਰ ਦੇਖਣ ਦੇ ਹੋਣਗੇ ਜਿਹੜੇ ਮੈਨੂੰ ਕਹਿੰਦੇ ਉਹ ਸ਼ਾਇਦ ਵੀ ਦੇਖਦੇ ਵੀ ਹੁਣ ਕਮੈਂਟ ਹੀ ਕਰਦੇ ਉਹ ਸਾਰੇ ਹੁਣ ਥੋੜ੍ਹਾ ਮੈਂ ਚੇਂਜ ਕਰ ਰਿਹਾ ਵਾਂ ਆਪਣੇ ਆਪ ਨੂੰ ਅਤੇ ਸਵੇਰ ਤੋਂ ਬਸ ਆਪਣਾ ਸ਼ਡਿਊਲ ਬਣ ਗਿਆ ਵਾ ਬਾਕੀ 75 ਦਾ ਜਿਹੜਾ ਵਾ ਹਾਫ ਚੈਲੇਂਜ ਜਿਹੜਾ ਵਾ ਉਹਦੇ ਨਾਲ ਪੰਗਾ ਲੈਣ ਜਾ ਰਿਹਾ ਵਾਂ ਸੋ ਦੇਖਦੇ ਹਾਂ ਕਿਵੇਂ ਕਰ ਪਾਉਂਦਾ ਵਾਂ। ਸੋ ਨੈਕਸਟ ਮੰਥ ਤੋਂ ਜਿਹੜਾ ਆਪਣਾ ਚੈਲੇਂਜ ਸ਼ੁਰੂ ਹੈਗਾ ਵਾ ਸੋ ਸੋ ਟਾਈਮ 10 ਵੱਜ ਗਏ ਆ ਸੋ ਕੂਲਰ ਲਾ ਲਿਆ ਆਪਾਂ ਇੱਥੇ ਅੱਜ ਬਾਹਰ ਹੀ ਸੁਣਨੇ ਆਪਾਂ ਬਰਾਂਡੇ 'ਤੇ ਅਤੇ ਬਸ ਮੈਂ ਹੁਣ ਇੱਕ ਵੀਡੀਓ ਕਰਨੀ ਹੈ ਇੱਕ ਐਡਿਟ ਸੋ ਜਿਹੜੀ ਮੈਂ ਸਵੇਰੇ ਪਾਉਣੀ ਹੈਗੀ ਆ ਅਤੇ ਸੁਪਨਾ ਮੈਂ ਡੇਲੀ ਵਲੋਗਿੰਗ ਜਿਹੜੀ ਆ ਸਟਾਰਟ ਕਰਤੀ ਹੈਗੀ ਆ ਸੋ ਪਲੀਜ਼ ਸਪੋਰਟ ਕਰਿਓ ਠੀਕ ਆ। ਬਾਕੀ ਜੇ ਅਗਰ ਮੈਂ ਵੀਡੀਓ ਦੇ ਵਿੱਚ ਕੁਛ ਗਲਤ ਬੋਲ ਜਾਂਦਾ ਵਾਂ ਠੀਕ ਹੈ ਨਾ ਉਹਦੇ ਬਾਰੇ ਵੀ ਮੈਨੂੰ ਦੱਸ ਦਿਓ ਤਾਂ ਕਿ ਮੈਂ ਥੋੜ੍ਹਾ ਠੀਕ ਹੈ ਨਾ ਛੋਟਾ ਭਰਾ ਕਿ ਛੋਟੇ ਸਮਝ ਕੇ ਮੈਨੂੰ ਬਸ ਮਾਫ਼ ਕਰ ਦਿਓ ਕਿ ਜੇ ਮੇਰੇ ਕੋਲ ਕੁਛ ਗਲਤ ਬੋਲਿਆ ਜਾਵੇ ਠੀਕ ਹੈ। ਬਾਕੀ ਆਪਣੇ ਮਨ 'ਚ ਕੋਈ ਉਹ ਨਹੀਂ ਹੈਗੀ ਮੈਲ ਮੂਲ ਨਹੀਂ ਹੈਗੀ ਅਤੇ ਆਪਾਂ ਮੂੰਹ 'ਤੇ ਸਿੱਧੀ ਗੱਲ ਕਰਦੇ ਹਾਂ ਪੇਟ ਪਿੱਛੇ ਗੱਲ ਨਹੀਂ ਮੈਨੂੰ ਕਰਨੀ ਆਉਂਦੀ ਹੈਗੀ ਠੀਕ ਹੈ ਨਾ ਸੋ ਇਹ ਚੀਜ਼ ਆ ਹਮੇਸ਼ਾ ਸੱਚ ਦੇ ਰਾਹ 'ਤੇ ਚੱਲੀਦਾ ਵਾ ਸੋ ਸੱਚ ਵਾਲੀ ਗੱਲ ਹੀ ਕਰੀਦੀ ਹੈਗੀ ਆ। ਬਾਕੀ ਅੱਜ ਦਾ ਵਲੋਗ ਇੱਥੇ ਹੀ ਖਤਮ ਕਰਦਾ ਵਾਂ ਬਹੁਤ ਜ਼ਿਆਦਾ ਵੀਡੀਓ 'ਤੇ ਬਣਨੀ ਨਹੀਂ ਹੈ ਕਿਉਂਕਿ ਮੈਂ ਐਡਿਟ ਕਰਨੀ ਆ ਫੇਰ ਸਵੇਰੇ ਇਸ ਵਕਤ ਉੱਠਣਾ ਹੈਗਾ ਵਾ ਸੋ ਸ਼ਡਿਊਲ ਜਿਹੜਾ ਵਾ ਬਣਾਉਣਾ ਵਾ ਸੋ ਪੱਕਾ ਕਰਕੇ ਅਤੇ ਹੁਣ ਮਿਲਦੇ ਹਾਂ ਆਪਾਂ ਤੁਹਾਨੂੰ ਹਨੇਰੇ ਸੋ ਵੀਡੀਓ ਦੇ ਨਾਲ ਬਣੇ ਰਹਿਣਾ ਸੋ ਓਕੇ ਬਾਏ ਸੀ ਯੂ ਟਾਟਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।